ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡੇ ਆਪਣੇ ਸਿਟੀ ਲਾਈਵ ਚੈਨਲ ਦੇ ਜ਼ਰੀਏ ਅੱਜ ਤੁਹਾਨੂੰ ਲੈ ਕੇ ਪਹੁੰਚੇ ਹੋਏ ਹਾਂ ਹਲਕਾ ਦਾਖਾ ਦੇ ਪਿੰਡ ਖੰਜਰਵਾਲ ਦੇ ਵਿੱਚ, ਜਿੱਥੇ ਇਸ ਸਮੇਂ ਮੌਜੂਦਾ ਸਰਪੰਚ ਬੀਬੀ ਹਰਜਿੰਦਰ ਕੌਰ ਜੀ ਵਾਈਫ ਆਫ ਸਰਦਾਰ ਹਰਬੰਸ ਸਿੰਘ ਜੀ ਪਿੰਡ ਦੀ ਸੇਵਾ ਬਤੌਰ ਸਰਪੰਚ ਨਿਭਾ ਰਹੇ ਨੇ। ਪਰ ਆਮ ਆਦਮੀ ਪਾਰਟੀ ਦੇ ਤੁਹਾਨੂੰ ਅੱਜ ਰੂਬਰੂ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਸਭ ਤੋਂ ਪਹਿਲਾਂ ਪਿੰਡ ਖੰਜਰਵਾਲ ਤੋਂ ਝੰਡਾ ਚੁੱਕਿਆ। ਆਓ ਆਪਾਂ ਗੱਲਬਾਤ ਕਰਦੇ ਹਾਂ ਸਰਦਾਰ ਅਵਤਾਰ ਸਿੰਘ ਜੀ ਦੇ ਨਾਲ ਕਿ ਪਿੰਡ ਖੰਜਰਵਾਲ ਦੇ ਵਿੱਚ ਇਸ ਸਮੇਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਨੇ ਅਤੇ ਕਿਹੜੀਆਂ ਉਹ ਸਮੱਸਿਆਵਾਂ ਨੇ ਜਿਹੜੀਆਂ ਪਹਿਲ ਦੇ ਆਧਾਰ ਤੋਂ ਹਲਕਾ ਇੰਚਾਰਜ ਸਰਦਾਰ ਕਮਲ ਨੈਣ ਸਿੰਘ ਕੰਗ ਜੀ ਦੇ ਜ਼ਰੀਏ ਖਤਮ ਕਰਵਾਉਣੀਆਂ ਚਾਹੁੰਦੇ ਨੇ। ਅਵਤਾਰ ਜੀ, ਆਪਾਂ ਤੁਹਾਡੇ ਨਾਲ ਤੁਹਾਡੇ ਪਿੰਡ ਦੇ ਸੰਬੰਧ ਵਿੱਚ ਗੱਲਬਾਤ ਕਰੀਏ, ਉਸ ਤੋਂ ਪਹਿਲਾਂ ਆਪਾਂ ਆਪਸ 'ਚ ਫਤਿਹ ਦੀ ਸਾਂਝ ਬੁਲਾ ਲਈਏ ਜੀ। ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਤਾਰ ਜੀ, ਤੁਸੀਂ ਇਹ ਜਾਣਕਾਰੀ ਦਿਓ ਕਿ 2022 ਦੀਆਂ ਚੋਣਾਂ ਦੇ ਵਿੱਚ ਤੁਹਾਡੇ ਪਿੰਡੋਂ ਆਮ ਆਦਮੀ ਪਾਰਟੀ ਕਿਹੜੇ ਨੰਬਰ ਤੇ ਰਹੀ? ਸਾਡੇ ਪਿੰਡੋਂ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਰਹੀ ਹੈ ਜੀ। ਉਹਦੇ ਵਿੱਚ 210 ਵੋਟਾਂ ਆਮ ਆਦਮੀ ਪਾਰਟੀ ਨੂੰ, 202 ਵੋਟਾਂ ਏਆਲੀ ਸਾਹਿਬ ਨੂੰ ਤੇ 133 ਵੋਟਾਂ ਕਾਂਗਰਸ ਨੂੰ ਪਈਆਂ ਅਤੇ ਵਿੱਚੋਂ ਕੁਛ ਕੁ ਵੋਟਾਂ ਨੋਟਾ ਵਗੈਰਾ ਜਾਂ ਇੱਕ ਦੋ ਜੋ ਖੜ੍ਹੇ ਸੀ ਉਹਨਾਂ ਦੂਜੇ ਛੋਟੇ ਵਲੰਟੀਅਰਾਂ ਨੂੰ, ਉਹਨਾਂ ਨੂੰ ਆਜ਼ਾਦ ਵੀ ਵਾਰਾਂ ਨੂੰ ਪਈਆਂ ਨੇ। ਓਕੇ, ਤੁਹਾਡੇ ਪਿੰਡੋਂ ਖੰਜਰਵਾਲ ਵਿੱਚੋਂ ਆਮ ਆਦਮੀ ਪਾਰਟੀ ਨੇ ਲੀਡ ਕੀਤੀ, ਕੀ ਤੁਹਾਡੇ ਹਲਕਾ ਇੰਚਾਰਜ ਸਰਦਾਰ ਕਮਲ ਨੈਣ ਸਿੰਘ ਕੰਗ ਚੋਣਾਂ ਤੋਂ ਬਾਅਦ ਤੁਹਾਡੇ ਪਿੰਡ ਆਏ? ਸਾਡੇ ਪਿੰਡੋਂ ਇੱਕ ਗਰੀ ਧੰਨਵਾਦੀ ਦੌਰਾ ਕਰਨ ਆਏ ਆ ਜੀ। ਠੀਕ ਹੈ ਜੀ, ਅਤੇ ਇਸ ਤੋਂ ਬਾਅਦ 'ਚ ਅਸੀਂ ਵੀ ਉਹਨਾਂ ਨੂੰ ਮਿਲਦੇ ਅਕਸਰ ਰਹਿੰਦੇ ਹਾਂ, ਸਮੱਸਿਆ ਆਪਣੀ ਦੱਸਦੇ ਰਹਿੰਦੇ ਹਾਂ ਅਤੇ ਜੋ ਵੀ ਸਾਡੇ ਆਉਣ ਵਾਲੀਆਂ ਸਮੱਸਿਆ ਉਹਦੇ ਬਾਰੇ ਵੀ ਸੰਬੰਧ 'ਚ ਹੁਣ ਅਸੀਂ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਨੂੰ ਦੱਸਾਂਗੇ ਵੀ ਸਾਡੇ ਪਿੰਡ ਆਹ ਸਮੱਸਿਆ ਆਉਂਦੀਆਂ, ਇਹਦਾ ਪਹਿਲ ਦੇ ਆਧਾਰ 'ਤੇ ਹੱਲ ਕਰਵਾਓ। ਆਪਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਤੁਹਾਡੇ ਪਿੰਡ ਖੰਜਰਵਾਲ ਦੀ ਸਰਪੰਚ ਬੀਬੀ ਹਰਜਿੰਦਰ ਕੌਰ ਜੀ ਦੇ ਬਾਰੇ, ਤੁਸੀਂ ਇਹ ਚਾਨਣਾ ਪਾਓ ਕਿ ਤੁਸੀਂ ਆਪਣੀ ਪੰਚਾਇਤ ਦੇ ਕੰਮਾਂ ਕਾਰਾਂ ਤੋਂ ਖੁਸ਼ ਹੋ? ਦੇਖੋ ਜੀ, ਜੋ ਪੰਚਾਇਤਾਂ ਕੰਮ ਕਰਦੀਆਂ ਸਭ ਨੂੰ ਪਤਾ ਪਿੰਡਾਂ 'ਚ ਵੀ ਕਿੰਨਾ ਕੁ ਪ੍ਰਸੈਂਟ ਕੰਮ ਹੁੰਦਾ ਵਾ, ਕਿੰਨਾ ਕੁ ਸਹੀ ਹੁੰਦਾ, ਕਿੰਨਾ ਕੁ ਦੂਜਾ ਹੁੰਦਾ ਜੀ। ਅਤੇ ਇਹਦੇ ਬਾਰੇ ਜਿਣਦੀ ਅੱਜ ਦਿਨ ਤੱਕ ਤਾਂ ਅਸੀਂ ਜਿਣਦੀ ਇਸ 'ਚ ਲਾਈਨ 'ਚ ਆਏ ਨਹੀਂ ਸੀਗੇ ਕਦੇ ਵੀ, ਸਾਨੂੰ ਹੁਣ ਆਉਣਾ ਮਜਬੂਰ ਹੋ ਗਿਆ ਕਿ ਵੀ ਅਸੀਂ ਹੁਣ ਤੱਕ ਗਲੀਆਂ ਨਾਲੀਆਂ ਜੋਗੇ ਰਹਿ ਗਏ ਆ ਸਾਡੇ ਪਿੰਡ 'ਚ। ਜਾਂ ਦੇਖੋ ਹਰ ਇੱਕ ਪਿੰਡ 'ਚ ਵੀ ਜਾਂ ਸਿਵਿਆਂ ਨੂੰ ਗਰਾਂਟਾਂ ਦੇ ਸਿਵਿਆਂ ਵਿੱਚ ਲਾ ਰਹੇ ਨੇ, ਸਿਵਿਆਂ 'ਚ ਲਾਉਣ ਦਾ ਕੋਈ ਫਾਇਦਾ ਨਹੀਂ। ਸਿਹਤ ਸਿੱਖਿਆ ਸਕੂਲਾਂ ਬਾਰੇ ਲਾਓ, ਮੈਡੀਕਲ ਬਾਰੇ ਲਾਓ, ਸਾਡੇ ਪਿੰਡ ਜਿਵੇਂ ਕਿ ਕੋਈ ਡਿਸਪੈਂਸਰੀ ਹੈ, ਡਿਸਪੈਂਸਰੀ ਹਾਲੇ ਤੱਕ ਕੋਈ ਨਹੀਂ ਹੈਗੀ। ਅਸੀਂ ਨਾਲ ਦੇ ਪਿੰਡ ਜਾਂਦੇ ਹੁੰਦੇ ਸੀ, ਉਹ ਵੀ ਡਿਸਪੈਂਸਰੀ ਖੰਡਰ ਬਣੀ ਪਈ ਹੈ ਬਾਸੀਆਂ ਬੇਟ ਵਾਲੀ, ਦੋ ਪਿੰਡਾਂ ਨੂੰ ਸਾਂਝੀ ਡਿਸਪੈਂਸਰੀ ਸੀਗੀ। ਅਤੇ ਸਾਡੇ ਪਿੰਡ ਇੱਕ ਇਹਨਾਂ ਨੇ ਲਿਆਂਦਾ ਸੀ ਪੰਚਾਇਤ ਵਾਲਿਆਂ ਨੇ, ਡੰਗਰ ਵਾਲਾ ਹਸਪਤਾਲ ਵਾਲਾ ਹਸਪਤਾਲ ਵਾਸਤੇ ਬਿਲਡਿੰਗ ਤਿਆਰ ਆ ਸਾਡੇ ਕੋਲ, ਸਾਡੇ ਕੋਲ ਕੋਈ ਉੱਥੇ ਡਾਕਟਰ ਆਉਣ ਨੂੰ ਤਿਆਰ ਨਹੀਂ ਹੈਗਾ, ਡਾਕਟਰ ਨਹੀਂ ਆ ਰਿਹਾ। ਅਤੇ ਪਸ਼ੂਆਂ ਨੂੰ ਹੁਣ ਬਾਹਰੋਂ ਲੋਕ ਮਹਿੰਗੇ ਇਲਾਜ ਕਰਵਾਉਂਦੇ ਆ, ਪ੍ਰਾਈਵੇਟ ਕਰਵਾਉਂਦੇ ਆ, ਉਹਨਾਂ ਦੀ ਫੀਸ ਤਾਂ ਤੁਹਾਨੂੰ ਅੰਦਾਜ਼ਾ ਹੋਊਗਾ ਹੀ ਵੀ ਕਿੰਨੀ ਕੁ ਉਹ ਫੀਸ ਲੈਂਦੇ ਨੇ ਬਾਹਰ। ਤੁਹਾਨੂੰ ਜਾਣਕਾਰੀ ਹੋਏਗੀ ਕਿ ਤੁਹਾਡੀ ਮੌਜੂਦਾ ਪੰਚਾਇਤ ਨੇ ਪੰਚਾਇਤੀ ਜ਼ਮੀਨ ਹੈ ਜਿਹੜੀ ਉਹ ਛੁਡਵਾਈ ਹੈ ਅਤੇ ਹੁਣ ਪਿੰਡ ਖੰਜਰਵਾਲ ਨੂੰ ਆਮਦਨ ਦਾ ਇੱਕ ਵਧੀਆ ਸਾਧਨ ਬਣ ਗਿਆ। ਪਰ ਫਿਰ ਵੀ ਤੁਹਾਡੇ ਪਿੰਡ ਦੀਆਂ ਇਹ ਸਮੱਸਿਆਵਾਂ ਜਿਹੜੀਆਂ ਤੁਸੀਂ ਦੱਸੀਆਂ ਨੇ, ਕਿ ਤੁਸੀਂ ਇਸ ਸੰਬੰਧ ਵਿੱਚ ਪੰਚਾਇਤ ਨੂੰ ਨਹੀਂ ਕਿਹਾ ਕਿ ਪਿੰਡ ਦੀ ਡਿਸਪੈਂਸਰੀ ਦੀ ਸੁਵਿਧਾ ਦਿੱਤੀ ਜਾਵੇ, ਤੁਹਾਨੂੰ ਜਿੰਨੇ ਵੀ ਪ੍ਰੋਬਲਮਸ ਆ ਰਹੀਆਂ ਨੇ ਇਹਨਾਂ ਦਾ ਕੋਈ ਸੋਲੂਸ਼ਨ ਨਿਕਾਲਿਆ ਜਾਵੇ? ਹਾਂਜੀ, ਅਸੀਂ ਇਹਨਾਂ ਨੂੰ ਹੁਣ ਕਹਾਂਗੇ ਜੀ। ਬਾਕੀ ਹਜੇ ਤੱਕ ਜਣਦੀ ਪਿੰਡ ਨੂੰ ਕੋਈ ਲਾਭ ਨਹੀਂ ਸੀਗਾ ਵੀ ਹੁਣ ਪੰਚਾਇਤੀ ਜ਼ਮੀਨ ਛਡਾਈ ਗਈ ਆ ਅਤੇ ਇਹਦੇ ਨਾਲ ਕੁਛ ਕੁ ਪੰਚਾਇਤੀ ਫੰਡ ਵੀ ਇਕੱਠਾ ਹੋਊਗਾ, ਕੁਛ ਕੁ ਕੰਮ ਕਰਾਉਣਗੇ ਹੁਣ ਵਧੀਆ ਕਰਾਉਣਗੇ। ਅਤੇ ਹੁਣ ਇਹਨਾਂ ਦਾ ਤਕਰੀਬਨ ਸਾਲ ਕੁ ਰਹਿ ਗਿਆ, ਬਾਕੀ ਫਿਰ ਦੇਖਦੇ ਜੀ ਵੀ ਇਹ ਕੀ ਹੁਣ ਗਾਹਾਂ ਸਾਨੂੰ ਸਹਿਯੋਗ ਦਿੰਦੇ ਆ ਜਾਂ ਪਾਰਟੀ ਦੇ ਨਾਲ ਹੁਣ ਮਿਲ ਕੇ ਕੰਮ ਕਰਦੇ ਆ ਜਾਂ ਨਹੀਂ ਕਰਦੇ। ਅਤੇ ਸਾਡੇ ਪਿੰਡ ਇੱਕ ਛੱਪੜ ਦੀ ਸਮੱਸਿਆ ਜ਼ਰੂਰ ਆ ਰਹੀ ਹੈ, ਛੱਪੜ ਦਾ ਬਹੁਤ ਬੁਰਾ ਹਾਲ ਆ ਵੀ ਛੱਪੜ 'ਚ ਇੰਨਾ ਗੰਦ ਆ ਕਿ ਉਹਦੀ ਆਥਣ ਟਾਈਮ ਸਮੈਲ ਜੋ ਆਉਂਦੀ ਹੈ ਸਾਡੇ ਘਰਾਂ ਨੂੰ, ਬੈਠਣ ਜੋਗੇ ਨਹੀਂ ਅਸੀਂ ਇੱਥੇ। ਅਤੇ 10-13 ਸਾਲ ਹੀ ਹੋ ਗਏ ਜਦੋਂ ਇਹ ਪਿੰਡ ਦੀ ਸਫਾਈ ਕੀਤੀ ਗਈ ਹੈ, ਛੱਪੜ 'ਚ ਪਾਰਟੀਸ਼ਨ ਬਣਾਏ ਗਏ ਆ, ਇਹ ਆਲੀ ਦੇ ਮੌਕੇ ਬਣਾਏ ਗਏ ਆ। ਉਦੋਂ ਪਾਰਟੀਸ਼ਨਾਂ ਦੀ ਵੀ ਨਹੀਂ ਲੋੜ ਹੈਨੀ ਸੀਗੀ, ਤਕਰੀਬਨ ਉਹਨੂੰ ਡੂੰਘਾ ਹੀ ਕੀਤਾ ਜਾਂਦਾ ਅਤੇ ਬਹੁਤ ਵਧੀਆ ਸੀਗਾ। ਅਤੇ ਹੁਣ ਜਿਹੜੀ ਛੱਪੜ 'ਚ ਇੰਨਾ ਦੇਖੋਗੇ ਤੁਸੀਂ, ਛੱਪੜ ਦੀ ਫੋਟੋ ਦੇਖੋਗੇ ਲਾਓਗੇ, ਉਹਦੇ ਦਾਲੇ ਇੰਨਾ ਘਾਹ ਵਾ ਖੜਾ। ਮੈਂ ਪੰਚਾਇਤ ਵਾਲਿਆਂ ਨੂੰ ਵੀ ਕਿਹਾ ਵੀ ਆਲੇ ਦੁਆਲੇ ਦੀ ਸਫਾਈ ਕਰਾ, ਦੂਜੇ ਨਹੀਂ ਕੁਛ ਹੋਰ ਕਰਾ ਸਕਦੇ,
पर हजे तक मेरी इन्होंने कोई सुनवाई नहीं की पिंड च जी कि चलो जी ये कड़ा चुनिया हुआ नुमाइंदा वा भी ठीक आ भी तू कौन होना तुसी इस संबंध के तो हलका इंचार्ज सरदार कमलनैन सिंह कंग जी ने जानकारी दी कि छप्पड़ की सफाई ना होने के कारण जो वातावरण है उसके हालात माड़े हो रहे हैं असी जी कल सोमवार को मिलने जा रहे हैं कंग साहब न उन्होंने छप्पड़ बारे भी असी फोटो भी खिंचिया ने फोटो भी दिखावे तो उन्होंने कहेंगे भी साढ़े पिंड आके एक गिरी मौका तुम आओ जरूर देखो भी जिड़ी जिड़ी सूँ समस्या आना छेती हल करा के दौ तो साढ़े पिंड आने वाली समस्या एक इदा दी है भी जो साढ़े दोनों पिंड तकरीबन भी हैगी भी बच्चे पढ़ते हैं साढ़े उत्थे सरकारी स्कूल आ बासियां बेट हाई स्कूल तो उत्थे दोनों पिंड बासियां तो खंजराल के बच्चे दोनों पिंड के बच्चे पढ़ते हैं जी वो नज़दीक चोणा तो पहला कुछ पहला नामी आदमी ने किसी ने पोल्ट्री फार्म खोलिया वा ਉਹਦਾ ਨਾਮ ਮੇਰਾ ਖਿਆਲ ਗੋਲਡਨ ਐਗ ਠੀਕ ਹੈ ਜੀ ਉਹ ਜਣਦੀ ਜਦ ਤਿਆਰ ਹੋ ਰਿਹਾ ਸੀ ਜਦ ਅਸੀਂ ਪ੍ਰਦੂਸ਼ਣ ਬੋਰਡ ਵਾਲਿਆਂ ਨੂੰ ਵੀ ਇੱਕ ਸ਼ਿਕਾਇਤ ਚਿੱਠੀ ਲਿਖ ਕੇ ਪਾਈਆਂ ਆਪ ਵੀ ਜਾ ਕੇ ਆਏ ਹਾਂ ਸਰਦਾਰ ਕੰਗ ਸਿੰਘ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਵਾ ਠੀਕ ਆ ਬਾਕੀ ਜੋ ਆਉਣ ਵਾਲੀ ਸਮੱਸਿਆ ਇਹ ਆ ਵੀ ਉੱਥੇ ਜਦੋਂ ਸਾਰੇ ਹੁਣ ਮੁਰਗੀਆਂ ਪਾਈਆਂ ਜਾਣੀਆਂ ਹਾਈ ਲੈਵਲ 'ਤੇ ਕੰਮ ਹੋ ਰਿਹਾ ਵਾ ਅਤੇ ਉਹਦੀ ਇੰਨੀ ਸਮੈਲ ਵੱਧ ਜਾਣੀ ਹੈ ਕਿ ਉੱਥੇ ਖੜਨਾ ਤੱਕ ਦੂਰ ਕਿ ਪਿੰਡ ਤੱਕ ਇੱਥੇ ਤੱਕ ਬੁਰਾ ਹਾਲ ਹੋਊਗਾ ਦੋਨੇ ਪਿੰਡਾਂ ਦਾ ਬੁਰਾ ਹਾਲ ਹੋਊਗਾ ਔਰ ਬੱਚਿਆਂ ਦੀ ਸਿਹਤ ਬਹੁਤ ਖਰਾਬ ਹੋਊਗੀ ਉਹਦੇ ਨਾਲ ਜਿੱਦਾਂ ਵਰਲਡ ਫਲੂ ਆ ਜਾਂਦਾ ਮੁਰਗੀਆਂ ਨੂੰ ਮੁਰਗੀਆਂ ਮਾਰ ਦਿੰਦੇ ਆ ਜਾਂ ਉਦੋਂ ਟਾਈਮ ਹੁੰਦਾ ਇਹਨਾਂ ਕੋਲ ਉਹ ਜਦੋਂ ਵਰਲਡ ਫਲੂ ਰਾਹੀਂ ਬੱਚੇ ਨੂੰ ਸਿਹਤੀ ਇਸ ਚੀਜ਼ ਦਾ ਨੁਕਸਾਨ ਹੋਊਗਾ ਕੋਲ ਕਿਉਂ 24 ਘੰਟੇ ਉਹਨਾਂ ਨੇ 12 ਘੰਟੇ 8 ਘੰਟੇ ਜਾਂ ਉੱਥੇ ਪੜ੍ਹਨਾ ਜਦੋਂ ਉਹਦੀ ਸਮੈਲ ਨਾਲ ਹੀ ਉਹ ਕੋਈ ਗਿਆਨ ਬਹੁਤਾ ਵਧੀਆ ਪ੍ਰਾਪਤ ਨਹੀਂ ਕਰ ਸਕਣਗੇ ਔਰ ਸਿਹਤ ਲਈ ਵੀ ਇੰਨਾ ਮਾੜਾ ਹੋ ਜਾਣਾ ਉਹਨਾਂ ਦਾ ਹਾਲ ਕਿ ਉਹਨਾਂ ਦੋਨਾਂ ਪਿੰਡਾਂ ਦੇ ਬੱਚਿਆਂ ਨਾਲ ਜਦੋਂ ਸਾਡੇ ਪਿੰਡਾਂ 'ਚ ਆਉਣਗੇ ਆਮ ਸਿਆਣੇ ਬੰਦੇ ਨੂੰ ਵੀ ਘਰ 'ਚ ਉਹਦਾ ਪ੍ਰਭਾਵ ਪਊਗਾ ਅਤੇ ਹਵਾ ਦੇ ਪ੍ਰਦੂਸ਼ਣ ਨਾਲ ਤਾਂ ਜੋ ਆਉਣਾ ਉਹ ਤਾਂ ਹੈ ਹੀ ਹੈ ਅਸੀਂ ਇਹੀ ਬੇਨਤੀ ਕਰਦੇ ਹਾਂ ਸਕੂਲ ਵਾਲੀਆਂ ਵੀ ਸਾਡੇ ਚਿੱਠੀਆਂ ਪਾਈਆਂ ਗਈਆਂ SDM ਨੂੰ ਵੀ ਅਸੀਂ ਪਰਸ 'ਚ ਉੱਥੇ ਦਰਖਾਸਤ ਦੇ ਕੇ ਆਏ ਹਾਂ ਸਾਨੂੰ ਸਿਰਫ ਹਰ ਇੱਕ ਨੇ ਲੋਲੀਪੋਪ ਹੀ ਦਿੱਤੇ ਲਾਰੀ ਲਾਏ ਆ ਜੀ ਅਤੇ ਇਹਦੇ ਵੱਲ ਕਿਸੇ ਨੇ ਅਜੇ ਧਿਆਨ ਨਹੀਂ ਦਿੱਤਾ ਅਸੀਂ ਤੁਹਾਡੇ ਚੈਨਲ ਦੇ ਸਿਟੀ ਚੈਨਲ ਦੇ ਥਰੂ ਅਸੀਂ ਆਵਾਜ਼ ਸਰਦਾਰ ਆਪਣੇ ਪ੍ਰਦੂਸ਼ਣ ਬੋਰਡ ਜਾਂ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜਿੰਨੇ ਵੀ ਹੈਗੇ ਆ ਮਹਿਕਮੇ ਅਹੁਦੇਦਾਰ ਹੈਗੇ ਆ ਇਹਨਾਂ ਦੇ ਸਾਰਿਆਂ ਦੇ ਤੁਹਾਡੇ ਚੈਨਲ ਰਾਹੀਂ ਅਸੀਂ ਪਹੁੰਚਣਾ ਚਾਹੁੰਦੇ ਹਾਂ ਕਿ ਇਸ 'ਤੇ ਕਾਰਵਾਈ ਕਰਾਓ ਕਿਸ 'ਤੇ ਛੇਤੀ ਤੋਂ ਛੇਤੀ ਕਿਉਂ ਕੱਲ੍ਹ ਨੂੰ ਅਣਹੋਣੀ ਹੋ ਜੇ ਕੋਈ ਬਿਮਾਰੀ ਜਿੱਦਾਂ ਹੁਣ ਆਪਣੇ ਵੀ ਆਹ ਦੂਜਾ ਪਹਿਲਾਂ ਲੋਕਡਾਊਨ ਰਹਿ ਕੇ ਹਟਿਆ ਉਹਦੇ ਅਸੀਂ ਅਜੇ ਤੱਕ ਲੋਕ ਟੀਕੇ ਲਗਵਾ ਰਹੇ ਹਾਂ ਪਿੰਡਾਂ 'ਚ ਆ ਰਹੇ ਆ ਸੈਂਟਰ ਤੋਂ ਮਦਦ ਮਿਲਦੀ ਆ ਅਤੇ ਕੱਲ੍ਹ ਨੂੰ ਇੱਥੇ ਸਾਡੇ ਫੈਲ ਗਈ ਅਤੇ ਸਾਡੇ ਪਿੰਡਾਂ ਦਾ ਪ੍ਰਦੂਸ਼ਣ ਵੀ ਬਹੁਤ ਮਾੜਾ ਹਾਲਤ ਹੋ ਜੂਗਾ ਅਤੇ ਇਹਨਾਂ ਨੇ ਪਾਣੀ ਦੀ ਗਰਕਣੀ ਜਾਂ ਕੋਈ ਵੀ ਆ ਇਹ ਨੀਚੀ ਧਰਤੀ 'ਚ ਪਾਉਣਗੇ ਪਾਣੀ ਦਾ ਵੀ ਦੂਸ਼ਿਤ ਹੋਊਗਾ ਇਹਦੇ ਨਾਲ ਤੁਸੀਂ ਗੱਲ ਕੀਤੀ ਹੈ ਪ੍ਰਦੂਸ਼ਣ ਬੋਰਡ ਦੀ ਔਰ CM ਭਗਵੰਤ ਮਾਨ ਜੀ ਦੀ ਪਰ ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਤੁਹਾਡੇ ਪਿੰਡ ਖੰਜਰਵਾਲ ਦੀ ਪੰਚਾਇਤ ਦੀ ਤੁਸੀਂ ਇਸ ਸਮੱਸਿਆ ਦੇ ਬਾਰੇ ਖੰਜਰਵਾਲ ਦੀ ਪੰਚਾਇਤ ਨੂੰ ਕਿਹਾ ਜੇਕਰ ਕਿਹਾ ਤਾਂ ਕੀ ਪਿੰਡ ਖੰਜਰਵਾਲ ਦੀ ਪੰਚਾਇਤ ਸਕੂਲ ਦੇ ਬੱਚਿਆਂ ਦੀ ਸਮੱਸਿਆ ਦੇ ਨਾਲ ਖੜੀ ਹੈ ਜਾਂ ਤੁਹਾਡੇ ਵਿਰੋਧ ਵਿੱਚ ਹੈ ਦੇਖੋ ਜੀ ਇਹਨਾਂ ਨੂੰ ਮਤਿਆਂ ਬਾਰੇ ਕਿਹਾ ਸੀ ਕਿ ਇਹਨਾਂ ਨੇ ਮਤੇ ਜ਼ਰੂਰ ਪਾਏ ਆ ਪਰ ਸਾਡੇ ਨਾਲ ਕੋਈ ਪੰਚਾਇਤ ਨਹੀਂ ਤੁਰੀ ਹੈਗੀ ਨਾ ਸਾਡੇ ਪਿੰਡ ਦੀ ਪੰਚਾਇਤ ਤੁਰੀ ਆ ਨਾ ਬਾਸੀਆਂ ਪਿੰਡ ਦੀ ਪੰਚਾਇਤ ਤੁਰੀ ਆ ਅਸੀਂ 5-7 ਕੁ ਬੰਦੇ ਹਾਂ ਜਿਹੜੇ ਆਮ ਪਾਰਟੀ ਨਾਲ ਰੱਖਦੇ ਹਾਂ ਸਹਿਯੋਗ ਰੱਖਦੇ ਹਾਂ ਅਸੀਂ ਤੁਰੇ ਹਾਂ ਕਿਉਂ ਸਾਨੂੰ ਨਹੀਂ ਸਾਡਾ ਕੋਈ ਬੱਚਾ ਨਹੀਂ ਉੱਥੇ ਪੜ੍ਹਦਾ ਦੇਖੋ ਠੀਕ ਆ ਅਤੇ ਸਾਨੂੰ ਆਉਣ ਵਾਲੀ ਸਮੱਸਿਆ ਜਿਹਨਾਂ ਦੀ ਇਹੀ ਆ ਵੀ ਸਾਡੇ ਪਿੰਡ ਦੇ ਬੱਚੇ ਤਾਂ ਪੜ੍ਹ ਰਹੇ ਆ ਸਾਨੂੰ ਤਕਲੀਫ ਹੁੰਦੀ ਹੈ ਇਸ ਗੱਲ ਦੀ ਵੀ ਸਾਡੇ ਪਿੰਡ ਦੇ ਬੱਚੇ ਪੜ੍ਹਦੇ ਕਿਸੇ ਨੂੰ ਹੋ ਗਿਆ ਅਤੇ ਉਹ ਬਿਮਾਰੀ ਹੱਦ ਤੱਕ ਵਧੂਗੀ ਪਿੰਡਾਂ ਤੱਕ ਪਹੁੰਚਣੀ ਪਹੁੰਚਣੀ ਆ ਹਵਾ ਦੇ ਨਾਲ ਉਹਦੇ ਨਾਲ ਪਹੁੰਚ ਗਈ ਆ ਅਤੇ ਇਹਦਾ ਵਾਧਾ ਬਹੁਤ ਵਧੂਗਾ ਇਹਨੂੰ ਵੀ ਛੇਤੀ ਤੋਂ ਛੇਤੀ ਕੰਟਰੋਲ ਕੀਤਾ ਜਾਵੇ ਅਤੇ ਇਹਦਾ ਜੋ ਵੀ ਬਣਦੀ ਕਾਰਵਾਈ ਆ ਅਨਲੀਗਲ ਪ੍ਰੋਗਰਾਮ ਹੋ ਰਿਹਾ ਇਹ ਕਿਸੇ ਮੰਤਰੀ ਦੀ ਸਹਿ 'ਤੇ ਹੋ ਰਿਹਾ ਉਹ ਚਾਹੇ ਜਿੱਦਾਂ ਮਰਜ਼ੀ ਹੋ ਰਿਹਾ ਇਹ ਅਨਲੀਗਲ ਪ੍ਰੋਗਰਾਮ ਆ ਕੋਈ ਪਰਮਿਸ਼ਨ ਇਹਨਾਂ ਨੇ ਕਿਸੇ ਪਾਸੇ ਨਹੀਂ ਲਈ ਅਸੀਂ ਪ੍ਰਦੂਸ਼ਣ ਬੋਰਡ ਕੋਲ ਵੀ ਗਏ ਹਾਂ ਪਰ ਉਹ ਵੀ ਸਾਨੂੰ ਬਸ ਇੱਕ ਚਿੱਠੀ ਇੱਕ ਦਿੱਤੀ ਬਸ ਵੀ ਹਾਂ ਜੀ ਤੁਹਾਡੀ ਕਾਰਵਾਈ ਚੱਲ ਰਹੀ ਹੈ ਜੀ ਉਹਨਾਂ ਨੇ ਵੀ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਾ ਇਹਨੂੰ ਕੋਈ ਬੰਦ ਕਰਨ ਲਈ ਹਜੇ ਕੋਈ ਵੀ ਪਹੁੰਚਿਆ ਵਾ ਔਰ ਅੰਤ ਦੇ ਵਿੱਚ ਸਿਟੀ ਲਾਈਵ ਚੈਨਲ ਦੇ ਜ਼ਰੀਏ ਤੁਹਾਡੇ ਹਲਕਾ ਇੰਚਾਰਜ ਸਰਦਾਰ ਕਮਲਨੈਨ ਸਿੰਘ ਕੰਗ ਜੀ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਕੰਗ ਸਾਹਿਬ ਨੂੰ ਦਿਲੋਂ ਦਰਖਾਸਤ ਕਰਦੇ ਹਾਂ
कि साढ़े दोनों पिंडां नूं मोहतवार होने के नाते इन्हां नूं दरखास्त बेनती करते हैं भी साढ़े दोनों पिंडां दे बच्चियां दा भविख ते दोने पिंडां दा भविख भी इन्हां दे हत्थ विच बचाउण दी खातर भी ये हुण इन्हां नूं पता भी जिहड़े भी महकमे नूं कह के रुकवा सकदे आ सानूं इन्ना हैगा इन्हां ते भी असीं इन्हां नूं कल नूं जां परसों आउण वाले दिनां च इन्हां नूं लैटर भी लिख के देवांगे भी जिथों इस नूं रोक लाई जाए ते साढ़े पिंडां नूं दोनों नूं बचाया जाए। आने वाले समय दे विच देख दिया के की पिंड खंजरवाल दे विच पोल्ट्री फार्म जो स्कूल दे नज़दीक है वह बनदा है मुकम्मल होके चलेगा या फिर पिंड वासी अते पिंड दे बच्चियां दी सेहत दी सुविधा नूं मुख रखदे होए यह पोल्ट्री फार्म नहीं बनन दिता जाएगा। आने वाले समय दे विच हलका इंचार्ज सरदार कमल नैन सिंह कंग दे पिंड खंजरवाल दे वसनीकां दीआं समस्यावां नूं किस तरह उह सोल्व करदे ने यह सारी जानकारी लैण लई साडे सिटी लाइव चैनल दे नाल जुड़े रहो।